ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਪਟਿਆਲਾ ਪੁਲਿਸ ਦੇ 4 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ 4 ਪੁਲਿਸ ਮੁਲਾਜ਼ਮ ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ 'ਚ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਨੇ, ਜਿਸ ਤੋਂ ਬਾਅਦ ਹੁਣ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਕਾਬਿਲੇ ਗੌਰ ਹੈ ਕਿ ਫਾਦਰ ਐਂਟੋਨੀ ਮਦਸਰੀ ਨੇ ਖੰਨਾ ਪੁਲਿਸ ਉੱਤੇ ਦੋਸ਼ ਲਾਇਆ ਸੀ ਕਿ ਉਹਨਾਂ ਦੇ 6 ਕਰੋੜ ਰੁਪਏ ਦੇ ਕਰੀਬ ਖੁਰਦ-ਬੁਰਦ ਕਰ ਦਿੱਤੇ ਗਏ ਨੇ। ਪੁਲਿਸ ਦੀ ਇੱਕ ਟੀਮ ਨੇ ਇਸ ਵਰ੍ਹੇ 29 ਮਾਰਚ ਨੂੰ ਫਾਦਰ ਐਂਟੋਨੀ ਦੀ ਜਲੰਧਰ ਦੀ ਇੱਕ ਰਿਹਾਇਸ਼ਗਾਹ ਉੱਤੇ ਅਚਾਨਕ ਛਾਪਾ ਮਾਰ ਕੇ ਕਰੀਬ 16 ਕਰੋੜ ਰੁਪਏ ਜ਼ਬਤ ਕਰ ਲਏ ਸਨ, ਪਰ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਇਹ ਰਕਮ ਸਿਰਫ 9 ਕਰੋੜ ਰੁਪਏ ਹੀ ਦੱਸੀ ਸੀ। ਬਾਕੀ ਦੀ 5 ਕਰੋੜ ਰੁਪਏ ਉਹ ਖੁਰਦ-ਬੁਰਦ ਕਰ ਗਏ ਸਨ। ਇਸ ਸੰਬੰਧੀ ਪਟਿਆਲਾ ਪੁਲਿਸ ਦੇ ਮੁਖੀ ਮਨਦੀਪ ਸਿੱਧੂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਇਹ ਜਿਹੜਾ ਖੰਨੇ ਦੇ ਵਿੱਚ ਜਿਹੜਾ ਰਿਕਵਰੀ ਹੋਈ ਸੀ ਕੈਸ਼ ਦੀ, ਜਿਹੜਾ ਜਲੰਧਰ ਦੇ ਪ੍ਰੀਤ ਸੀ, ਅਤੇ ਉਸ ਸੰਬੰਧੀ ਸਾਰੇ ਮਾਮਲਾ ਡੀ ਜੀ ਪੰਜਾਬ ਦੇ ਧਿਆਨ 'ਚ ਆਉਣ 'ਤੇ ਉਹਨਾਂ ਵੱਲੋਂ ਇੱਕ ਕ੍ਰਾਈਮ ਵਿੰਗ ਵਿਖੇ ਮੁਕੱਦਮਾ ਦਰਜ ਹੋਇਆ ਸੀ, ਜੋ ਆਈ ਜੀ ਪ੍ਰਵੀਨ ਸਿਨਹਾ, ਜਿਸ ਦਾ ਮੈਂ ਬਤੌਰ ਐੱਸ ਐੱਸ ਪੀ ਪਟਿਆਲਾ ਵੀ ਮੈਂਬਰ ਸੀ, ਉਹਨਾਂ ਦੀ ਚੇਅਰਮੈਨਸ਼ਿਪ ਦੇ ਤਹਿਤ ਕਮੇਟੀ ਬਣੀ ਸੀ, ਅਤੇ ਏ ਆਈ ਜੀ ਰਕੇਸ਼ ਕੌਸ਼ਲ ਹੈ ਜਿਹੜੇ ਉਹਦੇ ਇਨਵੈਸਟੀਗੇਟਿੰਗ ਅਫਸਰ ਸੀ, ਉਹਦੇ ਵਿੱਚ ਏ ਐੱਸ ਆਈ ਜਗਿੰਦਰ, ਏ ਐੱਸ ਆਈ ਰਾਜਪ੍ਰੀਤ, ਏ ਐੱਸ ਆਈ ਦਿਲਬਾਗ ਸਿੰਘ ਅਤੇ ਹੈੱਡ ਕੌਂਸਟੇਬਲ ਅਮਰੀਕ ਸਿੰਘ, ਇਹਨਾਂ ਨੂੰ ਉਹਦੇ 'ਚ ਅਰੈਸਟ ਕੀਤਾ ਗਿਆ ਸੀ, ਅਤੇ ਇਹਨਾਂ ਤੋਂ ਕਰੋੜਾਂ ਰੁਪਏ ਦੇ ਵਿੱਚ ਜਿਹੜਾ ਕੈਸ਼ ਰਿਕਵਰ ਹੋਇਆ ਸੀ, ਜੋ ਇਹ 4 ਜਾਣੇ ਹੁਣ ਸੈਂਟਰਲ ਜੇਲ੍ਹ ਪਟਿਆਲਾ ਵਿਖੇ ਬੰਦ ਹੈ। ਇਹਨਾਂ 'ਤੇ ਕਾਰਵਾਈ ਕਰਦੇ ਹੋਇਆਂ ਇਹਨਾਂ ਨੂੰ ਅਸੀਂ ਵਿਭਾਗੀ ਪੜਤਾਲ ਦੇ ਵਿੱਚ, ਮਾਣਯੋਗ ਅਦਾਲਤ ਜਿਹੜੀ ਮੋਹਾਲੀ ਕੋਰਟ ਤੋਂ ਆਰਡਰ ਲੈ ਕੇ ਇਹਨਾਂ ਨੂੰ ਵਿਭਾਗੀ ਪੜਤਾਲ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਇਹਨਾਂ ਨੇ ਟਾਲ ਮਟੋਲ ਕਰਦਿਆਂ ਹੋਇਆਂ ਅਤੇ ਉਹਦੇ ਵਿੱਚ ਸਹਿਯੋਗ ਦੇਣ ਤੋਂ ਨਾ ਕਰਤੀ। ਫਿਰ ਇਹਦੇ ਵਿੱਚ ਜਿਹੜੀਆਂ ਕੌਂਸਟੀਟਿਊਸ਼ਨ ਦੇ ਤਹਿਤ ਜੋ ਸਾਨੂੰ ਪਾਵਰ ਪ੍ਰੋਵਾਈਡ ਕੀਤੀਆਂ ਗਈਆਂ ਉਹਨਾਂ ਦੀ ਵਰਤੋਂ ਕਰਦਿਆਂ ਹੋਇਆਂ ਕੱਲ੍ਹ 4 ਏ ਐੱਸ ਆਈ ਅਮਰੀਕ ਸਿੰਘ, ਏ ਐੱਸ ਆਈ ਦਿਲਬਾਗ ਸਿੰਘ ਅਤੇ ਆਪਣਾ ਰਾਜਪ੍ਰੀਤ ਅਤੇ ਜਗਿੰਦਰ, ਇਹ 4 ਨੂੰ ਹੈ ਅਸੀਂ ਕੱਲ੍ਹ ਡਿਸਮਿਸ ਕਰ ਦਿੱਤਾ। ਖੈਰ, ਪੁਲਿਸ ਦੀ ਇਹ ਕਾਰਵਾਈ ਸ਼ਲਾਘਾਯੋਗ ਜ਼ਰੂਰ ਹੈ। ਪਟਿਆਲਾ ਤੋਂ ਹਰਕਮਲ ਬਾਜਵਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।